ਮੇਵਾ ਸਿੰਘ ਜੀ ਕੈਨੇਡਾ ਦੇ ਸਾਡੇ ਪਹਿਲੇ ਸ਼ਹੀਦ ਉਹਨਾਂ ਦੀ ਆਪਾਂ ਅੱਜ ਮੈਂ ਇਕੱਠਾ ਚ ਫੋਟੋ ਦੇਖ ਰਿਹਾ ਸੀ ਤੇ ਮੇਰੇ ਮਨ ਵਿੱਚ ਵਿਚਾਰ ਆ ਰਿਹਾ ਸੀ ਦੇਖੋ ਵੀ ਕੈਸੀ ਸ਼ਖਸੀਅਤ ਆ ਭਾਈ ਸਾਹਿਬ ਭਾਈ ਮੇਵਾ ਸਿੰਘ ਜੀ ਅਸੀਂ ਸ਼ਹੀਦ ਨੂੰ ਯਾਦ ਕੀਤਾ ਤਾਂ ਸ਼ਹੀਦ ਨੇ ਸਾਨੂੰ ਇੱਥੇ ਸਟੇਜਾਂ ਤੇ ਬਿਠਾਤਾ ਸਾਨੂੰ ਵੀ ਮਾਣ ਸਨਮਾਨ ਮਿਲ ਰਿਹਾ ਇਸ ਸ਼ਹੀਦ ਦੇ ਕਰਕੇ ਭਾਈ ਸਾਹਿਬ ਦੇ ਹੁਣਾਂ ਦੇ ਕਰਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਜੇ ਭਾਈ ਸਾਹਿਬ ਜੀ ਸ਼ਹੀਦੀ ਨਾ ਪਾਉਂਦੇ ਤੁਹਾਡੇ ਮੂਹਰੇ ਅੱਜ ਖੜੇ ਨਹੀਂ ਹੋਣਾ ਸੀ ਸੋ ਸ਼ਹੀਦ ਆਪਣੇ ਵੱਗੂ ਆਉਂਦੇ ਨੇ ਮਨੁੱਖੀ ਜਾਮੇ 'ਚ ਅਤੇ ਇਹੋ ਜਿਹੇ ਕਾਰੇ ਕਰ ਜਾਂਦੇ ਨੇ ਜਿਹਨੂੰ ਆਪਾਂ 100 ਸਾਲ ਬਾਅਦ ਵੀ ਯਾਦ ਕਰਦੇ ਹਾਂ ਸੋ ਆਪਾਂ ਵੀ ਆਪਣੇ ਜੀਵਨ 'ਚ ਕੁਝ ਅਜਿਹਾ ਕਰ ਜਾਈਏ ਤਾਂ ਕਿ ਆਪਾਂ ਨੂੰ ਵੀ ਲੋਕ ਆਉਣ ਵਾਲੇ ਸਿਰਫ 5 ਸਾਲ 7 ਸਾਲ ਨਹੀਂ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਆਪਾਂ ਨੂੰ ਯਾਦ ਕਰਨ ਵੀ ਹਾਂ ਵੀ ਫਲਾਨੇ ਪਿੰਡ ਵਿੱਚ ਕੋਈ ਫਲਾਨਾ ਸਿੰਘ ਜੰਮਿਆ ਸੀ ਜਿਹਨੇ ਦੇਸ਼ ਦੇ ਕੌਮ ਵਾਸਤੇ ਕੁਛ ਕੀਤਾ ਵੀ ਸਾਡੇ ਬੋਡਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਉਹਨਾਂ ਨੂੰ ਉਹਨਾਂ ਕੋਲ ਲੈ ਕੇ ਗਏ ਸੀ ਪ੍ਰੋਜੈਕਟ ਲਈ ਸਕੂਲ ਅਸੀਂ ਰੱਬ ਕਰਨੇ ਹਾਂ ਅਸੀਂ ਪੰਜਾਬ ਵਿੱਚ ਸੈਫ ਇੰਟਰਨੈਸ਼ਨਲ ਦੇ ਆਪਦੇ ਖਾਲਸਾ ਸਕੂਲ ਸ਼ੁਰੂ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਸਿਰਫ ਜਿਹੜੀ ਗੁਰਮਤਿ ਦੀ ਵਿੱਦਿਆ ਉਹ ਤਾਂ ਮਿਲਣੀ ਮਿਲਣੀ ਆ ਨਾਲ ਦੁਨਿਆਵੀ ਵਿੱਦਿਆ ਮਿਲੂਗੀ ਗੁਰਬਾਣੀ ਸੰਥਿਆ ਹੋਵੇ ਅਤੇ ਨਾਲ ਬੱਚਿਆਂ ਨੂੰ ਪਹਿਲੇ ਕਲਾਸ ਤੋਂ ਹੀ ਨਾਲ ਕੰਪਿਊਟਰ ਦੀ ਟੈਕਨੋਲੋਜੀ ਦੀ ਲੈਂਗੁਏਜ ਅਸੀਂ ਬੱਚੇ ਇਹੋ ਜਿਹੇ ਬਣਾ ਦਈਏ ਉਹ ਸੋਨੇ ਕੱਢ ਕੇ ਬਾਹਰ ਕੱਢੀਏ ਵੀ ਤਾਂ ਜੋ ਸਾਡੇ ਸਕੂਲ 'ਚੋਂ ਬਾਹਰ ਨਿਕਲਣਗੇ ਅਤੇ ਉਹਨੂੰ ਨਾਲ ਹੀ ਜੋਬਾਂ ਮਿਲਣਗੀਆਂ ਇੱਕ ਚੰਗੀ ਸ਼ਖਸੀਅਤ ਹੋਊਗੀ ਜਿਹੜੀ ਨਾ ਜਿੱਥੇ ਵੀ ਜਾ ਕੇ ਕੰਮ ਕਰਨਗੇ ਉਹ ਨਿਆਂ ਕਰਨਗੇ ਪੰਜਾਬ ਵਿੱਚ ਜਿੱਥੇ ਜਾ ਕੇ ਸਾਡੇ ਬੱਚੇ ਵਿਚਰਨਗੇ ਨਿਆਂ ਕਰਨਗੇ ਹਾਂ ਸਾਡਾ ਪ੍ਰੋਜੈਕਟ ਉਹ ਅਜੇ ਸ਼ੁਰੂ ਹੋਣੇ ਨੇ ਉਸ ਤੋਂ ਪਹਿਲਾਂ ਅਸੀਂ ਕਿਹਾ ਵੀ ਇਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਜਿਹਾ ਕਦਮ ਚੁੱਕੀਏ ਇੱਕ ਸਕੂਲ ਬਣਾਈਏ ਜਿਹੜੇ ਯਾਦਗਾਰੀ ਸਕੂਲ ਹੋਵੇ ਫਿਰ ਸਾਡੇ ਮੇਰੇ ਵੀਰ ਭਾਈ ਬਲਰਾਜ ਸਿੰਘ ਕਾਲੋਂ ਸਾਡੇ ਸੰਸਥਾ ਦੇ ਕੈਨੇਡਾ ਵਿੱਚ ਡਾਇਰੈਕਟਰ ਨੇ ਪ੍ਰੈਜੀਡੈਂਟ ਨੇ ਉਹਨਾਂ ਨੇ ਕਿਹਾ ਵੀ ਭਾਈ ਮੇਵਾ ਸਿੰਘ ਦੇ ਪਿੰਡ ਜਾ ਕੇ ਦੇਖੋ ਅਸੀਂ ਇੱਥੇ ਆਏ ਪੰਚਾਇਤ ਨੇ ਵੀ ਸਹਿਯੋਗ ਦਿੱਤਾ ਅਤੇ ਇਹ ਸਕੂਲ ਤੁਹਾਡੇ ਸਾਹਮਣੇ ਖੜ੍ਹਾ ਹੈ ਕਿ ਇਹ ਯਾਦਗਾਰੀ ਸਾਡੇ ਵਾਸਤੇ ਸਕੂਲ ਆ ਸੰਸਥਾ ਵਾਸਤੇ ਕਿਉਂਕਿ ਅਸੀਂ ਪੰਜਾਬ ਦੇ ਇਕੱਲੇ ਇਕੱਲੇ ਡਿਸਟ੍ਰਿਕਟ ਵਿੱਚ ਅਜਿਹੇ ਸਕੂਲ ਖੁੱਲ੍ਹਣੇ ਚਾਹੁੰਦੇ ਹਾਂ ਜਿਹਨਾਂ ਵਿੱਚ ਸਿੱਖੀ ਦੀ ਮੱਤ ਵੀ ਹੋਵੇ ਅਤੇ ਉਹ ਆਮ ਗਰੀਬ ਬੰਦਾ ਵੀ ਉੱਥੇ ਬੱਚੇ ਭੇਜ ਕੇ ਖੁਸ਼ ਹੋਵੇ ਜਿਹੜਾ ਅਮੀਰ ਬੰਦਾ ਉਹ ਵੀ ਕਹੇ ਵੀ ਮੈਂ ਬੱਚੇ ਇੱਥੇ ਹੀ ਭੇਜਣੇ ਹਾਂ ਕਿਉਂਕਿ ਜੋ ਮੈਂ ਸਿਖਾਉਣਾ ਚਾਹੁੰਦਾ ਸਭ ਕੁਛ ਇਹਨਾਂ ਕੋਲ ਹੈ ਜੇ ਫੀਸ ਘੱਟ ਹੈ ਤਾਂ ਮਤਲਬ ਇਹ ਨਹੀਂ ਕਿ ਪੜ੍ਹਾਈ ਮਾੜੀ ਆ ਅਸੀਂ ਉਹ ਲੈਵਲ ਦੇ ਸਕੂਲ ਖੁੱਲ੍ਹਣੇ ਚਾਹੁੰਦੇ ਹਾਂ ਉਹਦੀ ਬਿਲਡਿੰਗ ਵੀ ਦੇਖ ਕੇ ਬੰਦਾ ਕਹੂਗਾ ਵੀ ਵਾਹ ਕਹੀ ਬਿਲਡਿੰਗ ਵੀ ਵੱਖਰੀ ਬਿਲਡਿੰਗ ਹੈ ਕੋਈ ਪੁਰਾਤਨ ਇਤਿਹਾਸਿਕ ਬਿਲਡਿੰਗਾਂ ਨੂੰ ਕੋਈ ਬਿਲਡਿੰਗ ਬਣਾਈ ਜਾਊਗੀ ਸੋ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਇਕੱਲੇ ਇਕੱਲੇ ਡਿਸਟ੍ਰਿਕਟ ਵਿੱਚ ਇਹੋ ਜਿਹੇ ਸਕੂਲ ਬਣ ਜਾਣ ਜਿੱਥੇ ਜਾ ਕੇ ਬੰਦਾ ਕਹਿ ਸਕੇ ਆਹ ਦੇਖੋ ਜੀ ਸਾਡੇ ਡਿਸਟ੍ਰਿਕਟ ਵਿੱਚ ਖਾਲਸਾ ਸਕੂਲ ਬਣੇ ਹੋਏ ਆ ਸੋ ਇਸ ਮੁਹਿੰਮ ਦੀ ਅੱਜ ਸ਼ੁਰੂਆਤ ਆ ਕਿਹੜਾ ਨੀਂਹ ਪੱਥਰ ਰੱਖ ਰਹੇ ਅਸੀਂ ਇੱਕ ਨੀਂਹ ਪੱਥਰ ਰੱਖਿਆ ਬਿਲਡਿੰਗ ਨੂੰ ਸਾਰੀ ਕਰਨ ਦਾ ਇੱਕ ਨਾਲ ਹੀ ਨਵਾਂ ਨੀਂਹ ਪੱਥਰ ਰੱਖ ਰਹੇ ਹਾਂ ਇਹ ਨਵੇਂ ਪ੍ਰੋਜੈਕਟ ਨੂੰ ਆਰੰਭ ਕਰਤਾ ਜਿਵੇਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੁਸੀਂ ਕਿੱਥੇ ਵੀ ਤੁਹਾਡਾ ਕਨੈਕਸ਼ਨ ਹੈ ਸਾਨੂੰ ਕੋਈ ਜਗ੍ਹਾ ਕੋਈ ਡੋਨੇਸ਼ਨ ਕਰਨੀ ਚਾਹੁੰਦਾ ਆਪਣੇ ਡਿਸਟ੍ਰਿਕਟ ਦੇ ਵਿੱਚ ਖਾਲਸਾ ਸਕੂਲ ਬਣਾਉਣ ਦੇ ਵਾਸਤੇ ਉਹ ਜਗ੍ਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਥੱਲੇ ਰੱਖੀ ਜਾਊਗੀ ਸੋ ਅਜਿਹੇ ਵੀ ਅਸੀਂ ਸਕੂਲ ਅਸਟੈਬਲਿਸ਼ ਕਰਨੇ ਚਾਹੁੰਦੇ ਹਾਂ ਪੰਜਾਬ ਦੇ ਜੋ ਮਿਰਦੇ ਵਿੱਚ ਸੋ ਮਹਾਰਾਜ ਕਿਰਪਾ ਕਰ ਬਲ ਬਖਸ਼ਣ ਇਹ ਬਿਲਡਿੰਗ ਬੜੀ ਵਧੀਆ ਬਣ ਗਈ ਆ ਇਹ ਤੁਹਾਡਾ ਦੇਖੋ ਸੰਸਥਾ ਦਾ ਕੰਮ ਅੱਜ ਤੱਕ ਸੀ ਤੁਸੀਂ ਸਾਡੀ ਗੱਡੀ ਵੀ ਸ਼ਾਇਦ ਦੇਖੀ ਹੋ ਚੁਗਾਵਾਂ ਵਾਲਿਆਂ ਨੇ ਸ਼ਾਇਦ ਲੋਪੋਕੇ ਵਾਲਿਆਂ ਨੇ ਅਸੀਂ ਆਉਂਦੇ ਰਹੇ ਹਾਂ ਕੋਸ਼ਿਸ਼ ਕਰਦੇ ਰਹੇ ਪ੍ਰੋਜੈਕਟ ਸਹੀ ਸਹੀ ਟਾਈਮ ਸਿਰ ਨਿਪਟ ਜਾਏ ਵਿੱਚ ਕਰੋਨਾ ਵੀ ਆ ਗਿਆ ਲੋਕਡਾਊਨ ਵੀ ਆਏ ਬਹੁਤ ਸਮੱਸਿਆਵਾਂ ਆਈਆਂ ਪਰ ਮਹਾਰਾਜ ਦੀ ਕਿਰਪਾ ਨਾਲ ਭਈ ਜੀ ਦੀ ਮੇਰੀ ਕਿਰਪਾ ਅਕਾਲ ਤੇਰੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਸਤਿਗੁਰੂ ਜੀ ਦੀ ਜਿੱਤ ਹੋਈ ਅੱਜ ਇਹ ਸਕੂਲ ਸੰਪੂਰਨ ਹੋਇਆ ਇਹ ਤੁਹਾਡੇ ਪਿੰਡ ਦੀ ਪ੍ਰੋਪਰਟੀ ਆ ਨਾ ਮੈਂ MLA ਬਣਨਾ ਨਾ ਮੈਂ MP ਬਣਨਾ ਕੈਨੇਡਾ ਵਿੱਚ ਰਹਿੰਦੇ ਉੱਥੇ ਜਾ ਕੇ ਚਲੇ ਵਾਪਸ ਚਲੇ ਜਾਣਾ ਮੇਰਾ ਇੱਥੇ ਕੋਈ ਅਧਿਕਾਰ ਨਹੀਂ ਇਹ ਤੁਹਾਡੇ ਪਿੰਡ ਦੀ ਜਿਹੜੀ ਚੀਜ਼ ਆ ਪਿੰਡ ਦੀ ਇਹਦੇ ਅਧਿਕਾਰ ਜਮਾਓ
ਤੁਹਾਡੇ ਪੈਂਸ ਕਮੇਟੀ ਵਰਕਿੰਗ ਕਮੇਟੀ ਕੰਮ ਨਹੀਂ ਕਰ ਰਹੀ ਸਕੂਲ ਵਾਸਤੇ ਮੈਨੂੰ ਮਾਫ ਕਰਨਾ ਆਉਣ ਵਾਲੇ ਮੇਰੇ ਕੋਲ ਸ਼ਬਦ ਪੌੜੇ ਹੋਣੇ ਆ ਮੈਨੂੰ ਮਾਫ ਵੀ ਕਰ ਦਿਓ ਪਲੀਜ਼ ਵਰਕਿੰਗ ਕਮੇਟੀ ਨਹੀਂ ਹੈਗੀ ਸਕੂਲ ਦੇ ਵਿੱਚ ਵਰਕਿੰਗ ਕਮੇਟੀ ਬਣਾਓ ਆਪਦਾ ਅਧਿਕਾਰ ਜਮਾਓ ਤੁਹਾਡਾ ਸਕੂਲ ਆ ਜੇ ਕਿਉਂ ਤਾਣੇ ਮਿਹਣੇ ਦੇਈ ਜਾਂਦੇ ਆ ਵੀ ਐਸਜੀਪੀਸੀ ਨੇ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਜੀ ਫਲਾਨਾ ਨਹੀਂ ਆਹ ਕਰ ਰਿਹਾ ਐਮਪੀ ਨੇ ਆਹ ਨਹੀਂ ਕੀਤਾ ਐਮਐਲਏ ਨੇ ਆਹ ਨਹੀਂ ਕੀਤਾ ਦੋਸ਼ ਦੂਜਿਆਂ ਨੂੰ ਫੇਰ ਦਈਏ ਪਹਿਲਾਂ ਦੇਖੋ ਤੁਸੀਂ ਕੀ ਕਰ ਰਹੇ ਹੋ ਪਹਿਲਾਂ ਖਸਤਾ ਹਾਲਤ ਸੀ ਹੁਣ ਵਧੀਆ ਬਣ ਗਿਆ ਵਧੀਆ ਵੀ ਮਹਾਰਾਜ ਦੀ ਕਿਰਪਾ ਨਾਲ ਐਸਾ ਬਣਿਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਆ ਤੁਸੀਂ ਨਾ ਸਫਾਈ ਸਫੂਈ ਕਰਾਈ 6 ਮਹੀਨੇ ਤੱਕ ਬੰਦ ਹੋ ਜਾਣਾ ਦੂਜੀ ਗੱਲ ਆ ਸੋਲਰ ਪੈਨਲ ਨਹੀਂ ਕਿਸੇ ਸਾਫ਼ ਸੁਫ਼ ਕੀਤੇ ਉਹ ਵੀ ਸਾਲ ਤੱਕ ਖਤਮ ਹੋ ਜਾਣੇ ਆ ਖੰਡਰ ਚਾਹੇ ਖੰਡਰ ਬਣਾ ਦੀਏ ਚਾਹੇ ਸੰਭਾਲ ਕੇ ਰੱਖ ਲਈ ਆਪਣੀ ਮਰਜ਼ੀ ਆ ਵਰਕਿੰਗ ਕਮੇਟੀ ਹੋਵੇ ਉਹ 'ਚ ਬੰਦੇ ਜ਼ਿੰਮੇਵਾਰੀਆਂ ਹੋਣ ਜਿਵੇਂ ਗੁਰੂ ਘਰ 'ਚ ਜ਼ਿੰਮੇਵਾਰੀਆਂ ਹੁੰਦੀਆਂ ਫਲਾਣੇ ਤਰ੍ਹਾਂ 'ਚ ਦੇਖ ਦੀ ਸੇਵਾ ਅੱਜ ਲੰਗਰ ਦੀ ਸੇਵਾ ਉਵੇਂ ਹੀ ਇਹ ਵੀ ਇੱਕ ਸਥਾਨ ਆਪਣਾ ਜਿੱਥੇ ਆ ਕੇ ਬੱਚੇ ਦੁਨਿਆਵੀ ਸਿੱਖਿਆ ਲੈਂਦੇ ਆ ਇਹਦੇ ਬੱਚਿਆਂ ਨੂੰ ਸਿੱਖਿਆ ਮਿਲਣੀ ਹੈ ਇੱਥੇ ਤੂੰ ਬਹੁਤ ਦੂਰ ਤੱਕ ਜਾਣਦਾ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਇਸ ਬਿਲਡਿੰਗ ਦੀ ਇਮਾਰਤ ਦੀ ਤੁਸੀਂ ਰਿਪੇਅਰ ਮਾੜਾ ਮੋਟਾ ਕਾਰਜ ਆਪ ਕਰਕੇ ਕਰਦੇ ਰਹੋ ਸਾਡੇ ਤਾਂ ਅਸੀਂ ਤਾਂ ਹੁਣ ਮੁਕਤ ਹੋ ਗਏ ਅਸੀਂ ਚੱਲੇ ਹਾਂ ਨਾ ਤੁਹਾਨੂੰ ਸਾਡੇ ਇੱਥੇ ਗੱਡੀ ਮਿਲਣੀ ਆ ਪਿੰਡ 'ਚ ਨਾ ਕੁਛ ਫੂਡ ਮਿਲਣਾ ਸ਼ਾਇਦ 6 ਮਹੀਨੇ ਬਾਅਦ ਸਾਲ ਵਧਾ ਲਿਆ ਕਰੀਏ ਦੇਖਣ ਵਾਸਤੇ ਸੋ ਇਹ ਤਾਂ ਕੋਈ ਸਾਡਾ ਅਧਿਕਾਰ ਨਹੀਂ ਹੈਗਾ ਤੁਹਾਡੇ ਪਿੰਡ ਦਾ ਅਧਿਕਾਰ ਆ ਤੁਹਾਡੀ ਚੀਜ਼ ਆ ਇਹਨੂੰ ਸੰਭਾਲੋ ਇਹਨੂੰ ਖੰਡਰ ਨਾ ਬਣ ਦੇ ਅਤੇ ਵਰਤੋ ਇਹਨੂੰ ਮੈਡੀਕਲ ਕੈਂਪ ਲਾ ਦੇ ਹੋਰ ਬਹੁਤ ਸਿੱਖ ਸੰਸਥਾਵਾਂ ਨੇ ਹੋਰ ਗੈਰ ਸੰਸਥਾਵਾਂ ਨੇ ਉਹ ਮੈਡੀਕਲ ਕੈਂਪ ਲਾਉਂਦੀਆਂ ਨੇ ਬੱਚੇ ਨੇ ਕਲਾਸਿਸ ਲਾਉਂਦੀਆਂ ਉਹਨਾਂ ਨੂੰ ਇਨਵਾਈਟ ਕਰੋ ਤੁਹਾਡੀ ਫੈਸਿਲਿਟੀ ਵਧੀਆ ਬਣ ਗਈ ਟੋਪ ਦੀ ਇੱਥੇ ਆ ਕੇ ਉਹ ਵੀ ਖੁਸ਼ ਹੋਣਗੇ ਉਹਨੂੰ ਬਿਠਾਓ ਇੱਥੇ ਆ ਕੇ ਉਹ ਇੱਥੇ ਤੁਹਾਡੇ ਪਿੰਡ 'ਚ ਮੈਡੀਕਲ ਕੈਂਪ ਲਾਉਣ ਬੱਚਿਆਂ ਦੇ ਕੰਪਿਊਟਰ ਕਲਾਸਿਸ ਦੇ ਕੈਂਪ ਲੱਗਦੇ ਆ ਉਹ ਕੰਪਿਊਟਰਸ ਨੂੰ ਆਪ ਦਿੰਦੇ ਆ ਆਪਾਂ ਪਹੁੰਚ ਨਹੀਂ ਕਰ ਰਹੇ ਉਹਨਾਂ ਤੱਕ ਪਹੁੰਚ ਕਰੀਏ ਅਤੇ ਉਹ ਸਹੂਲਤਾਂ ਆਪਣੇ ਪਿੰਡ 'ਚ ਲੈ ਕੇ ਆਈ ਹੈ ਅਸੀਂ ਚੱਲ ਕੇ ਆਏ ਨਾ ਤੁਹਾਡੇ ਪਿੰਡ 'ਚ ਸਾਨੂੰ ਕੋਈ ਲੈ ਕੇ ਨਹੀਂ ਆਇਆ ਮਹਾਰਾਜ ਕਿਰਪਾ ਕਰਕੇ ਮਹਾਰਾਜ ਲੈ ਕੇ ਆਏ ਨੇ ਪਰ ਦੁਨਿਆਵੀ ਬੰਦਾ ਸਾਨੂੰ ਕੋਈ ਨਹੀਂ ਲੈ ਕੇ ਆਇਆ ਅਸੀਂ ਆਪ ਚੱਲ ਕੇ ਆਏ ਹਾਂ ਪਰ ਤੁਹਾਨੂੰ ਵੀ ਹੋਰ ਸਹੂਲਤਾਂ ਤੁਹਾਨੂੰ ਲੈ ਕੇ ਤੁਹਾਨੂੰ ਆਪ ਚੱਲਣਾ ਪੈਣਾ ਵਾ ਬਹੁਤ ਘੱਟ ਹੁੰਦਾ ਤੁਹਾਨੂੰ ਕੋਈ ਬੰਦਾ ਤੁਰ ਕੇ ਆ ਗਿਆ ਸੋ ਸਹੂਲਤਾਂ ਲਓ ਹਾਜ਼ਰ ਨੇ ਸੰਸਥਾਵਾਂ ਬਹੁਤ ਨੇ ਉਹਨਾਂ ਨੂੰ ਸੰਪਰਕ ਕਰਕੇ ਆਪਣੇ ਪਿੰਡ ਵਿੱਚ ਕੈਂਪ ਲਵਾਓ ਫੈਸਿਲਿਟੀ ਬਣ ਗਈ ਆ ਇਹਦੀ ਹਿਸਾਬ ਸੰਭਾਲ ਜਾਰੀ ਰੱਖੀਏ ਅਗੇਨ ਐਟ ਦ ਐਂਡ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਅੱਜ ਇੱਕ ਬੰਦੇ ਦਾ ਕੋਈ ਚਿਹ ਨਹੀਂ ਵੀ ਉਹਨੇ ਵਾਲਾ ਯੋਗਦਾਨ ਪਾਤਾ ਇਹ ਦੇਖੋ ਭਾਈ ਜੀ ਦੀ ਮੇਰੀ ਕਿਰਪਾ ਅਕਾਲ ਤੇਰੀ ਦੀ ਕਿਰਪਾ ਪਰਮੇਸ਼ਰ ਦੀ ਨਾਲ ਇਹ ਸਾਰਾ ਕੁਛ ਜਿੱਤ ਤਾਂ ਹੀ ਹਾਸਲ ਹੋਈ ਆ ਇਹ ਮੈਡਲ ਬਿਲਡਿੰਗ ਬਣ ਗਈ ਆ ਬੜੀਆਂ ਔਕੜ ਆਈਆਂ ਨੇ ਹੁਣ 9 ਵੀ ਚੀਜ਼ ਹੋ ਗਿਆ ਇਹ ਬੜੀ ਮਾਣ ਦੀ ਗੱਲ ਆ ਪਰਸੋਂ ਵੀ ਸਾਨੂੰ ਲੈਟਰ ਆਇਆ ਵੀ 9 ਅਫੀਸ਼ੀਅਲੀ ਬਦਲ ਕੇ ਸ਼ਹੀਦ ਭਾਈ ਦੇਵਾ ਸਿੰਘ ਸਮਾਰਟ ਸਕੂਲ ਲੋਕੋ ਵੀ ਬਣ ਗਿਆ ਸੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਸਰਪੰਚ ਵੀ ਬੈਠੇ ਨੇ ਇੱਥੇ ਮੇਰੇ ਹੋਰ ਵੀ ਬੈਠੇ ਪਿੰਡ ਦੇ ਜਾਂ ਸਾਰੇ ਡੀ ਓ ਸਾਹਿਬ ਬੈਠੇ ਜਿੰਨੇ ਵੀ ਜਿਹੜੇ ਗੱਲਬਾਤ ਸੱਜਣ ਹੈਗੇ ਆ ਇੱਥੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਆਓ ਆਪਾਂ ਹੰਭਲੇ ਮਾਰਦੇ ਚੱਲੀਏ ਆਪਣੇ ਪੰਜਾਬ ਨੂੰ ਆਪਾਂ ਨੂੰ ਸੰਭਾਲਣਾ ਪੈਣਾ ਦੋਸ਼ ਨਾ ਦਈਏ ਵੀ ਸਾਹਮਣਾ ਨਹੀਂ ਕਰਦਾ ਆਪਾਂ ਦੇਖੀ ਮੈਂ ਆਪਣੇ ਜੀਵਨ ਦੇ ਵਿੱਚ ਸ਼ਮਨਦੀਪ ਸਿੰਘ 35-36 ਸਾਲ ਦਾ ਹੋ ਗਿਆ ਇਕੱਲਾ ਇਕੱਲਾ ਬੰਦਾ ਝਾਤੀ ਮਾਰੇ ਮੈਂ ਆਪਦੇ 35-36 ਸਾਲ ਦੇ ਵਿੱਚ ਮੇਰਾ ਕੀ ਯੋਗਦਾਨ ਆ ਆਪਣੇ ਦੇਸ਼ ਦੇ ਕੌਮ ਦੇ ਵਾਸਤੇ ਮੈਂ ਕਿੰਨੇ ਘੰਟੇ ਕਿੰਨੇ ਮਿੰਟ ਲਾਏ ਨੇ ਆਪਦੀ ਪੀੜ੍ਹੀ ਥੱਲੇ ਸੋਟਾਂ ਮਾਰੀਏ ਦੋਸ਼ ਫੇਰ ਦਈਏ ਇਹ ਸਾਰਾ ਕੁਛ ਆਪਾਂ ਆਪਣੇ ਉੱਠਣ ਨਾਲ ਤੁਰਨਾ ਹੋਣਾ ਜੇ ਭਾਈ ਮੇਵਾ ਸਿੰਘ ਵੀ ਬੈਠੇ ਰਹਿੰਦੇ ਹੋਰ ਵੀ ਬੰਦੇ 5000 ਮੈਂ ਦੱਸ ਦਿਓ ਉਸ ਟਾਈਮ ਵੈਨਕੂਵਰ ਜੋ 5000 ਬੰਦੇ ਵਿੱਚ ਭਾਈ ਸਾਹਿਬ ਮੇਵਾ ਸਿੰਘ ਵੀ ਬੈਠੇ ਰਹਿੰਦੇ ਕਿਹਨੇ ਯਾਦ ਕਰਨਾ ਸੀ ਪਿੰਡ ਲੋਪੋਗੇ ਨੂੰ ਸਾਨੂੰ ਤਾਂ ਪਤਾ ਨਹੀਂ ਸੀ ਪਿੰਡ ਦਾ ਸਾਨੂੰ ਤਾਂ ਸ਼ਹੀਦ ਭਾਈ ਮੇਵਾ ਸਿੰਘ ਕਰਕੇ ਪਤਾ ਲੱਗਿਆ ਸੋ ਇਸ ਕਰਕੇ ਇਹ ਰਾਹ 'ਤੇ ਤੁਰਨਾ ਪੈਣਾ ਆਪਣੀ ਆਪਣਾ ਫਰਜ ਨਿਭਾਉਣਾ ਪੈਣਾ ਵੀ ਨਹੀਂ ਆਪਾਂ ਕਰਨਾ ਆਪਾਂ ਤੁਰਨਾ ਕੋਈ ਤੁਰੇ ਨਾ ਤੁਰੇ ਆਰੋਂ ਖੇਡ ਆਪਦਾ ਕੋਈ ਸਾਨੂੰ ਮਤਲਬ ਨਹੀਂ ਕੋਈ ਕੁਛ ਕਰਦਾ ਨਹੀਂ ਕਰਦਾ ਪਾਣੀ ਜਥੇਬੰਦੀ ਕਰੇ ਨਾ ਕਰੇ ਅਸੀਂ ਤੁਰਨਾ ਵਾ ਮੈਂ ਪਿੰਡ 'ਚ ਜਾ ਕੇ ਬੂਟੇ ਸੰਭਾਲਣੇ ਆ ਮੈਂ ਪਿੰਡ 'ਚ ਜਾ ਕੇ ਆਪਦੇ ਬੱਚਿਆਂ ਨੂੰ ਸਕੂਲ ਛੁੱਟੀ ਹੋਣ ਤੋਂ ਬਾਅਦ ਇੱਕ ਕਲਾਸ ਸ਼ੁਰੂ ਕਰਨੀ ਆ ਇੱਥੇ ਤੁਸੀਂ ਕਰੋ ਹੰਬੜਾ ਮਾਰੋ ਪਿੰਡ 'ਚ ਕੋਈ ਨਾ ਕੋਈ ਬੰਦਾ ਦਿਓ ਜਿਹਨੂੰ ਮਾੜਾ ਮੋਟਾ ਗੁਰਮਤ ਦਾ ਗਿਆਨ ਆ ਕੇ ਕਲਾਸ ਲਾਓ ਬੱਚਿਆਂ ਦੀ ਬੱਚੇ ਤਿਆਰ ਨੇ ਮੈਂ ਪਿੰਡਾਂ ਵਿੱਚ ਵਿਚਰਦਾ ਬੱਚੇ ਅੰਦਰ ਬਹੁਤ ਜ਼ਿਆਦਾ ਭੁੱਖ ਆ ਅਤੇ ਬੱਚੇ ਮੈਂ ਸਾਡੇ ਕੈਨੇਡਾ ਦੇ ਬੱਚੇ ਤਾਂ ਬਾਂਦਰਾਂ ਵਾਂਗੂ ਨੇ ਬਿਠਾਉਣੇ ਬੜੇ ਔਖੇ ਆ ਇਹਦਾ ਬੱਚੇ ਪਿਆਰ ਨਾਲ ਬੈਠ ਜਾਂਦੇ ਆ ਬੈਠ ਲੈ ਉਹਨੂੰ ਕੋਈ ਬੈਠ ਜਾਓ ਮੁੜ ਕੇ ਉੱਠਦੇ ਨਹੀਂ ਇੰਨੀ ਭੁੱਖ ਆ ਸਿੱਖ ਦੇ ਬਹੁਤ ਛੋਟੀ ਆ ਬਹੁਤ ਜ਼ਿਆਦਾ ਕਪੈਸਿਟੀ ਆ ਕਿਸੇ ਗੋਰੇ ਵਿਦਵਾਨ ਨੇ ਕਿਹਾ ਵੀ ਬੱਚੇ ਅੰਦਰ ਇੰਨੀ ਕਪੈਸਿਟੀ ਆ ਨਾ ਉਹਨਾਂ ਦਾ ਬ੍ਰੇਨ ਆ ਉਹ 'ਚ ਇੰਨੀ ਪਾਵਰ ਆ ਵੀ
8 साल का बच्चा 5 भाषावां वधिया तरीके बोल सकता सीख सकता वा। 8 साल का बच्चा 8 साल के बच्चे 5 भाषावां सीख सकता बच्चा, इन्नी ब्रेन के कपैसिटी होंगी है। वरतो आप कपैसिटी बच्चों इनू आप सीधे पासे लाइए तो पंजाब के ये होनहार हीरे निक हो के निकल तो अपने देखो भला अपने करना अपने घर के बच्चे अपने घर का भला करेंगे, थोड़े पिंड के बच्चे थोड़े थोड़े भला करेंगे। आओ आप रल मिल के अजे होर कार्ज करिए, अजे होर स्कूल बनाइए तो महाराज कृपा कर बल बख्शन सारियां। पिंड के मैं कहना साडा एक इंग्लिश कहते अनसंग हीरो, वो हीरो जो नौ घट बोलिया जाता साडा प्रभजीत सिंह खालसा साडे सामने बैठे ने। इन्होंने जी मेहनत की है ना, इतने रात गुजारिया बिल्डिंग नहीं बनी सी, मच्छर च रात कटनी कद कद कि सरपंच को भी रहते कद कि रहना, फिर अरेजमेंटा करनिया आह मुक गया वह मुक गया, बिल्डर हट गया, फलाना धमका हो गया, आह नहीं मिल रहा वो नहीं मिल रहा, यह बंदे ने पिछे रह के काम किया। सो इन्हों का बड़ा ऋणी है, इन्होंने दिल तन देही ने मेहनत की, समूह सारे स्टाफ का साढ़े भाई अमरजीत सिंह भी नाल ने जो सा इंडिया के प्रेजिडेंट ने, उन्हों का भी बहुत बहुत धन्यवाद। वो रल मिल के इन्हों गाइडेंस देते रहे टीम ने सारी भी आप हम इदा करना इदा करना। सो सारे का बहुत बहुत धन्यवाद। वाहिगुरू जी का खालसा वाहिगुरू जी की फतेह।